हाँ जी फरमाओ। मैं मोहम्मद जान आतिफ जी। जैन जी जे तुसी मेरा सहन लियो अई ते मैं मकाला भी पेश कीता है वो हार्ट चो मेरा मकाला है समाजी ते सकाफती जायजा। जी जी। मोहब्बत खान बंगज साहब जेड़ा सवाल तोड़ने की कीता है अफसोस जो सा तुसा पूरा सुना नहीं जी, जी। उसना मतलब ये है जे आया जैन जी साडे एक दोस्त पेलो इशारा देता है जे बाज लोग होते हैं जो पैसों की खातिर ट्रांसलेशन कर लेते हैं एक जबान को दूसरी में उर्दू को इसमें तो हैरानगी की गल ए जे हिनको हिनको दे विच लिखी हुई है वो तुसी जी चेक कर सकते हो बंगज साहब का अगर पूरा तुसा सवाल सुन दे तो वो तुसनु ए ही दसदा है ना ते तुहानू तुहानू सवाल उन्होंने पहले सुना दिता तो उसी मैंने तेन जेड़ा सुनया उतने ही जवाब में नहीं जी ओपे मैं तुसनु दसना है ना तुसा ओ ते ए सवाल है तुहानू पहले इंकशाफ उस सवाल दा उन्हें दे करने सी पहले हो गया ओ नहीं जी मैं तुहाडे वास्ते अपनी गल पे कर देना जिस तरह के जिस तरह होए ना शुरू च इतराज होया फिर ये होया फिर कायदे दी गल आई है तो ओ एजे लोग भी हैं जी जेड़े जे इनको बोलने नु भी अपनी बेइज्जती समझ दें टीवी या रेडियो दे मुशारे जान दें ता कहंदे जे सानू उर्दू दे हवाले नाल बुलाया जावे ते ए चीजा करदे रहन जी करदे रहन सिर्फ जी मैं बंगल साहब दी उस दे वास्ते पार्टनर जम जम करदे हैं जम जम के करण जी जो मर्जी है आथ आजाद ने बिल्कुल जी ठीक है जी मेहरबानी जी असि अपना काम करसी ओ अपना काम करन दैट्स इट जी जी इनको माइक नु नेड़े जरा कर लो इनको आलमी कॉन्फ्रेंस जड़ी हो रही है ये सिर्फ गंदारा बोर्ड से हो रही है और तंजीमा पिशोर दे कोई नहीं गया जी इनको से काम कर रही है और हाल दे जे कुरान पाक का इनको तर्जुमा बरसर आम आया सुबह से शाम तो हो गई है जिसने कुरान पाक का तर्जुमा किया है वो रमेंदा इतने बैठा है लेकिन उसका कोई जिक्र नहीं किया गया देखो जी बड़ी मेहरबानी निगाह साहब जड़े जड़े गंदारा देला और कोई तंजीमा पिशोरी जी असी असी उना दी कॉन्फ्रेंस नु वेलकम करसी अगर ओ करन असी भी उस उना दी कॉन्फ्रेंस नु शरीक होसी ओ कोई सूबाई कॉन्फ्रेंस तक करके देख लो उन मुल्की ते बैनुल अक्वामी ते छोड़ दियो ना जड़े कोई करे ना इनको दे ते कुसाने को ठेका त नहीं लितो आया ना जड़े कॉन्फ्रेंस करे असी उधर कर जासी सानू बुलाया ने ता ਇਸ ਕਰ ਤਾਂ ਕੋਈ ਗੱਲ ਨਹੀਂ ਕਿ ਉਹ ਹੋਰ ਵੀ ਕੰਮ ਹੈ ਤਾਂ ਹੋਰ ਕਰਨ ਨਾ ਸਾਨੂੰ ਉਹਨੂੰ ਪਕੜੋ ਹੈ ਜਾਂ ਡਾਕਟਰ ਨੇ ਉਹਨੂੰ ਮਨਾ ਕੀਤਾ ਹੈ ਮੇਰਾ ਨਾਮ ਜੀ ਔਰੰਗਜ਼ੇਬ ਅਹਿਮਦ ਹਸਨੀ ਡਾਕਟਰ ਸਾਹਿਬ ਤੁਹਾਡੀ ਤਵੱਜੇ ਚ ਅਸੀਂ ਹੈ ਮੇਰਾ ਨਾਮ ਔਰੰਗਜ਼ੇਬ ਅਹਿਮਦ ਹਸਨੀ ਹੈ ਇਦਾਰਾ ਫਰੋ ਹਿੰਦਕੋ ਪਿਛਲੇ 20 ਸਾਲਾਂ ਸੇ ਕੰਮ ਪੇ ਕਰਦਾ ਹੈ ਉਹਨਾਂ ਨੇ ਹਿੰਦਕੋ ਜ਼ਬਾਨ ਨੂੰ ਪਲੇਟਫਾਰਮ ਵੀ ਦਿੱਤਾ ਹੈ ਉਹਨਾਂ ਨੇ ਹਿੰਦਕੋ ਜ਼ਬਾਨ ਸਪੋਰਟ ਸੇ ਕੰਮ ਕੀਤੇ ਹਨ ਕੁਰਾਨ ਮਜੀਦ ਦਾ ਤਰਜਮਾ ਅਲੇ ਦੇ ਬੜੇ ਸਾਲ ਨਾਲ ਛਾਪਾ ਗਿਆ ਹੈ ਤੇ ਤੁਹਾਡੀ ਗੱਲ ਲਈ ਤੁਸੀਂ ਖੁਦ ਇਦਾਰਾ ਫਰੋਹ ਹਿੰਦਕੋ ਨਾਲ ਮਨਸੂਬ ਰਹੇ ਹੋ ਤੇ ਮੈਂ ਜ਼ਿਆਦਾ ਗੱਲਾਂ ਨਹੀਂ ਕਰਨਾ ਚਾਹੁੰਦਾ ਅਤੇ ਇਨਸ਼ਾਅੱਲਾ ਅਨਕਰੀਬ 2006 ਦੇ ਕਰ ਇਨਸ਼ਾਅੱਲਾ ਹਿੰਦਕੋ ਕਾਨਫਰੰਸ ਇਦਾਰਾ ਫਰੋਹ ਹਿੰਦਕੋ ਵੀ ਕਰਾ ਦਿੱਤੀ ਅਤੇ ਇਨਸ਼ਾਅੱਲਾ ਇਦਾਰਾ ਫਰੋਹ ਹਿੰਦਕੋ ਦੇ ਬਹੁਤ ਸੇ ਭਾਅ ਬੈਠੇ ਜਿਹੜੇ ਇੱਥੇ ਤੁਹਾਡੇ ਕੋਲ ਸ਼ਾਮਿਲ ਹਨ ਬਗੈਰ ਦਾਵਤ ਦੇ ਆਏ ਅਤੇ ਇਨਸ਼ਾਅੱਲਾ ਤੁਸੀਂ 2006 ਦੇ ਸੋ ਹਿੰਦਕੋ ਕਾਨਫਰੰਸ ਹੋਸੀ ਤੇ ਸਾਰੇ ਦੋਸਤ ਬਾਅਦ ਵਿੱਚ ਇਨਸ਼ਾਅੱਲਾ ਸ਼ਰੀਕ ਕਰ ਸੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬਗੈਰ ਦਾਵਤ ਦੇ ਨਹੀਂ ਆਏ ਹੋ ਤੁਹਾਡਾ ਨਾਮ ਸਾਨੇ ਪ੍ਰੈਜ਼ੀਡੀਅਮ ਵਿੱਚ ਵੀ ਸ਼ਾਮਿਲ ਕੀਤਾ ਹੋਇਆ ਆਪਣੇ ਦਾਵਤਨਾਮਾ ਦੇਖ ਲਓ ਯੂ ਆਰ ਇਨਕਲੂਡਿਡ ਇਨ ਵਨ ਆਫ ਦਾ ਪ੍ਰੈਜ਼ੀਡੀਅਮਸ ਤੇ ਅਗਰ ਤੁਸੀਂ ਕਾਨਫਰੰਸ ਕਰ ਰਹੇ ਹੋ ਤਾਂ ਬੇਸ਼ੱਕ ਕਰੋ ਸਾਨੂੰ ਕੀ ਇਤਰਾਜ਼ ਹੈ ਜਨਾਬ ਤੁਸੀਂ ਆਪਣੇ ਆਪਣੀ ਕਾਨਫਰੰਸ ਕਰਨਾ ਉਸ ਵਾਰ ਜੋ ਮਰਜ਼ੀ ਨੇ ਪੈ ਕਹਿਣਾ ਅਨਵਾਰ ਚਿਸ਼ਤੀ ਮੈਂ ਐਗਰੀਕਲਚਰ ਯੂਨੀਵਰਸਿਟੀ ਪਿਸ਼ਾਵਰ ਹਾਂ ਪਿਸ਼ਾਵਰ ਵਿੱਚ ਪ੍ਰੋਫੈਸਰ ਹਾਂ ਇਹ ਗੌਰਮੈਂਟ ਦੇ ਮੁਲਾਜ਼ਮੀਨ ਐਕਸਰੀਅਤ ਜੋ ਸਨ ਇਹ ਤਜਵੀਜ਼ ਉਹ ਦੋ ਤਿੰਨ ਦਫਾ ਆਈਏ ਕਿ ਅਸੀਂ ਇਹ ਡਿਪਾਰਟਮੈਂਟ ਦੇ ਇੰਤਜ਼ਾਰ ਕਰ ਸੀ ਤੇ ਅਕੈਡਮੀ ਦਾ ਗੌਰਮੈਂਟ ਜੀ ਜੀ ਮੇਰੀ ਤਜਵੀਜ਼ ਇਹ ਵੇ ਕਿ ਜਿਸ ਤਰ੍ਹਾਂ ਸਵਾਨੇ ਆਲਰੇਡੀ ਕੰਮ ਸ਼ੁਰੂ ਕੀਤਾ ਹੈ ਆਪਣੇ ਪੈਰਾਂ ਤੇ ਕੀਤਾ ਇਹਨੇ ਗੌਰਮੈਂਟ ਦੀ ਮਦਦ ਬਾਅਦ ਹੀ ਚਾਹੀਏ ਸਾਰੇ ਗੌਰਮੈਂਟ ਮਜਬੂਰ ਹੋ ਕੇ ਜਿਸ ਤਰ੍ਹਾਂ ਸਵਾਨੇ ਹਵਾਲਾ ਦਿੱਤਾ ਕਿ ਵਜ਼ੀਰ ਆਲਾ ਨੇ ਆਪਣਾ ਨੁਮਾਇੰਦਾ ਭੇਜਿਆ ਬੈ ਜਾ ਉੱਥੇ ਗੌਰਮੈਂਟ ਮੈਂ ਚੁੱਕੇ ਤੁਹਾਡੇ ਨਾਲ ਦੇਖਣਾ ਪਿਆ ਜੀ 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 ਤਜਵੀਜ਼ ਮੇਰੀ ਇਹ ਵੇ ਥਾਈਲੈਂਡ ਦੀ ਇੱਕ ਮਿਸਾਲ ਦੇ 4000 ਲੋਕਾਂ ਦੀ ਬੋਲਣ ਵਾਲੀ ਜ਼ੁਬਾਨ ਚਾਂਗ ਜੀ 2001 ਵਿੱਚ ਪ੍ਰੋਗਰਾਮ ਬਣਦਾ ਸਵਾੜੇ ਜੇ 40 ਆਦਮੀ ਪੈਂਦੇ ਜੀ ਉਹ ਪ੍ਰੋਗਰਾਮ ਇਹ ਵੇ ਕਿ ਬਈ ਅਸੀਂ ਆਪ ਇਹਨੂੰ ਡਿਵੈਲਪ ਕਰ ਸੀ ਸਿਰਫ 4000 ਆਦਮੀ ਉਹਨਾਂ ਨੇ ਅਕੈਡਮੀ ਬਣਾ ਦਿੱਤੀ ਸਵਾੜੇ ਕੋਲ ਆਜ਼ਮ ਅਫਰੀਦੀ ਨੇ ਸਾਨੂੰ ਇੱਕ ਜ਼ਿਕਰ ਹੋਇਆ ਕਿ ਜੀ ਇੱਕ ਫਲੈਟ ਦਫ਼ਤਰ ਦਿੱਤਾ ਹੈ ਬਿਲਕੁਲ ਮੇਰੀ ਤਜਵੀਜ਼ ਇਹ ਵੇ ਕਿ ਉਸੇ ਦੀ ਨਕਲ ਕਰਦੇ ਹੋਏ ਥਾਈਲੈਂਡ ਦੇ ਉਹ ਚਾਂਗ ਦੇ 4000 ਆਦਮੀਆਂ ਦੀ ਉਸ ਨੂੰ ਤੁਸੀਂ ਇੱਕ ਕਮਿਊਨਿਟੀ ਦਾ ਉਹ ਦੇ ਦੋ ਬਿਲਕੁਲ ਉਹ ਕਮਿਊਨਿਟੀ ਸੈਂਟਰ ਵੀ ਕਹਿੰਦੇ ਨੇ ਉਹਨੂੰ ਜੀ ਬਿਲਕੁਲ ਉਹਨੂੰ ਲਰਨਿੰਗ ਸੈਂਟਰ ਵੀ ਕਹਿੰਦੇ ਨੇ
No question about it. ਉਸ ਤੇ ਬਾਅਦ ਗਵਰਨਮੈਂਟ ਵੀ ਆ ਗਈ ਉਹਨੂੰ ਫੰਡ ਵੀ ਦਿੱਤਾ ਸੀ ਜੀ ਤੇ ਉਹ ਜਿਹੜੀ ਉੱਥੇ ਯੂਨੀਵਰਸਿਟੀ ਹੈ ਸਾਈਡਾਲ ਮਾਈਡਾਲ ਉਸ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਆ ਗਏ ਉਹਦੀ ਮਦਦ ਇਨਸ਼ਾਅੱਲਾ ਅੱਛਾ ਉਹਨਾਂ ਨੇ ਪਹਿਲਾ ਕੰਮ ਕੀ ਕੀਤਾ ਉਹਨਾਂ ਨੇ ਇਹ ਕੀਤਾ ਜੀ ਕਿ ਆਪਣੀ ਜ਼ੁਬਾਨ ਨੂੰ ਪਹਿਲੇ ਉਹ ਸਿਰਫ ਬੋਲੀ ਹੈ ਜ਼ੁਬਾਨ ਨਹੀਂ ਪੜ੍ਹਨੇ ਵਾਲੇ ਲੋਕ ਨਹੀਂ ਪੜ੍ਹੀ ਨਹੀਂ ਜਾਂਦੇ ਜੀ ਜੀ ਜਿਸ ਤਰ੍ਹਾਂ ਹੁਣ ਸਾਨੂੰ ਵੀ ਮਸਲਾ ਥੋੜ੍ਹਾ ਉਸ ਨੂੰ ਥੋੜ੍ਹਾ ਜਿਹਾ ਤੁਸੀਂ ਇਹ ਕਰ ਸਕਦੇ ਹੋ ਕਿ ਜਿਹੜੇ ਹਜ਼ਰਾਤ ਪੁਰਾਣੇ ਹਿੰਕੋ ਲਈ ਸਿੱਖਣੇ ਵਾਲੇ ਜੀ 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 ਉਹਨਾਂ ਨੂੰ ਬਿਠਾ ਕੇ ਤੁਸੀਂ ਪਹਿਲੀ ਦੂਸਰੀ ਤੀਸਰੀ ਜਮਾਤ ਦੇ ਕਾਇਦੇ ਆਪ ਬਣਾਓ ਤੁਹਾਡੀ ਅਕੈਡਮੀ ਬਣਾਵੇ ਨਾ ਕਿ ਤੁਸੀਂ ਇਹਦਾ ਇੰਤਜ਼ਾਰ ਕਰੋ ਬਿਲਕੁਲ ਠੀਕ ਹੈ ਤੇ ਇਹ ਤੁਸੀਂ ਉਸੀ ਦੇ ਵਿਚਕਾਰ ਹੈ ਜਿਹੜੀ ਇਮਾਰਤ ਤੁਹਾਡੇ ਕੋਲ ਅੱਛੀ ਖਾਸੀ ਵੱਡੀ ਹੈ ਉਸਦੇ ਵਿਚਕਾਰ ਕਲਾਸਾਂ ਖੋਲ੍ਹ ਦਿਓ ਮੈਂ ਵੀ ਇੱਕ ਦੋ ਬੱਚਿਆਂ ਨੂੰ ਭਿਜਵਾ ਸਾਂ ਤੁਸੀਂ ਵੀ ਭਿਜਵਾ ਸਕੋ ਜ਼ੁਬਾਨ ਚੱਲ ਨਿਕਲ ਸੀ ਚਾਰ ਸਾਲਾਂ ਬਾਅਦ ਦੋ ਸਾਲਾਂ ਬਾਅਦ ਗੌਰਮੈਂਟ ਨੂੰ ਕਹੋ ਜੀ ਇਹ ਕੋਰਸ ਹੈ ਇਹ ਨਿਸਾਬ ਦੇ ਹੁਣ ਤੁਹਾਨੂੰ ਉਹਨਾਂ ਨੇ ਇਹ ਕੀਤਾ ਕਿ ਇਸ ਟਾਈਮ ਉਸ ਜ਼ੁਬਾਨ ਨੂੰ ਸਰਕਾਰੀ ਜ਼ੁਬਾਨ ਦੇ ਮੁਕਾਬਲੇ ਵਿੱਚ ਕਰ ਪੜ੍ਹਾਇਆ ਜਾਂਦਾ ਪਿਆ ਜੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਇਹ ਜ਼ੁਬਾਨ ਇਸੀ 'ਚ ਪੜ੍ਹੇ ਤੀਸਰੀ ਜਮਾਤ ਤੱਕ ਅਤੇ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਉਸਦੀ ਥਾਈਲੈਂਡ ਸਟੈਂਡਰਡ ਥਾਈਲੈਂਡ ਵਿੱਚ ਉਸੀ 'ਚ ਪੜ੍ਹਿਆ ਜਾਂਦਾ ਬਿਲਕੁਲ ਇੱਕ ਟਾਈਮ ਦੋ ਪਈਆਂ ਚੱਲਦੀਆਂ ਬਿਲਕੁਲ ਠੀਕ ਨਤੀਜਾ ਕਿਵੇਂ ਜੀ ਜਿਹੜੀ 3 ਸਾਲ ਦੇ ਬਾਅਦ ਉਸਦੀ ਰਿਸਰਚ ਉਹ ਇਹ ਕਹਿੰਦੇ ਕਿ ਜਿਹੜੇ ਬੱਚੇ ਦੋ ਜ਼ੁਬਾਨਾਂ 'ਚ ਪੜ੍ਹਦੇ ਚਾਂਗ ਪਲੱਸ ਇਸੀ ਤੀਸਰੀ ਜਮਾਤ ਤੋਂ ਬਾਅਦ ਜੀ ਜੀ ਉਹ ਲੜਕੇ ਜ਼ਿਆਦਾ ਲਾਇਕ ਡਰਾਪ ਆਊਟ ਕਲਾਸਾਂ ਸੀ ਘਾਟੇ 'ਚ ਜੀ ਇਹ ਬਾਕਾਇਦਾ ਰਿਸਰਚ ਹੈ ਬਿਲਕੁਲ ਮੇਰੀ ਇਹ ਰਿਕੁਐਸਟ ਕਿ ਬਜਾਏ ਗਵਰਨਮੈਂਟ ਤੇ ਡਿਪੈਂਡ ਕਰਨੇ ਦੇ ਗਵਰਨਮੈਂਟ ਨੂੰ 5 ਸਾਲ ਬਾਅਦ ਜੀ ਜੀ ਤੁਸੀਂ ਆਪਣੀ ਇਸ ਨੂੰ ਅਕੈਡਮੀ ਦੀ ਫਾਰਮ ਉਸੀ ਦੇ ਕੇ ਬਿਲਕੁਲ ਜਨਾਬ ਡਾਕਟਰ ਸਾਹਿਬ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਅਸੀਂ ਆਪਣਾ ਜਿਹੜਾ ਸਾਡਾ ਦਫ਼ਤਰ ਸਾਨੂੰ ਮਿਲਿਆ ਨਾ ਆਜ਼ਮ ਅਫਰੀਦੀ ਸਾਹਿਬ ਦੀ ਤਰਫ ਸੀ ਚੂੰਕਿ ਉਸ ਵਕਤ ਤੋਂ ਬੜੀ ਡਿਲੈਪੀਟੇਟਿਡ ਪੋਜੀਸ਼ਨ ਦੇ ਵਿਚਕਾਰ ਹੈ ਟੁੱਟ ਫੁੱਟ ਦਾ ਸ਼ਿਕਾਰ ਹੈ ਸਾਨੇ ਆਪਣੇ ਹਾਜੀ ਗੁਲਾਮ ਅਲੀ ਨੂੰ ਰਿਕੁਐਸਟ ਕੀਤੀ ਹੈ ਕਿ ਉਸ ਨੂੰ ਜ਼ਰਾ ਰਿਨੋਵੇਟ ਕਰ ਦੇਵੇ ਉਹ ਕਰਕੇ ਸਾਡੇ ਕੋਲ ਉਹ ਜਗ੍ਹਾ ਖਾਲੀ ਪਈ ਉਹ ਬੜੀ ਕੀਮਤੀ ਜਗ੍ਹਾ ਔਰ ਉਸ ਉੱਤੇ ਵਿਚਕਾਰ ਅਸੀਂ ਉਸਦੀ ਪਹਿਲੇ ਅਸੀਂ ਆਪਣੀ ਇੱਕ ਲਾਇਬ੍ਰੇਰੀ ਨੂੰ ਉੱਥੇ ਸ਼ਿਫਟ ਕਰ ਸੀਏ ਉਸੀ ਲਾਇਬ੍ਰੇਰੀ ਦੇ ਅੰਦਰ ਅਸੀਂ ਫਰਨੀਚਰ ਲਗਵਾ ਕੇ ਅਤੇ ਜੋ ਕੋਈ ਤੁਹਾਨੂੰ ਕੀ ਹੈ ਅਸੀਂ ਕਲਾਸਿਸ ਜਿਹੜੀਆਂ ਉਹਨੂੰ ਸ਼ੁਰੂ ਕਰ ਸੀਏ ਔਰ ਇਨਸ਼ਾਅੱਲਾ ਤੁਹਾਡੀ ਵੀ ਖਿਦਮਤ ਅਸੀਂ ਹਾਸਲ ਕਰ ਸੀਏ ਤੁਹਾਡੇ ਜਿਹੜੇ ਲੋਕ ਹਨ ਜਿਹੜੇ ਕਿ ਇਨਕੋ ਜ਼ੁਬਾਨ ਦੀ ਬੇਲੋਸ ਔਰ ਖਿਦਮਤ ਕਰਨਾ ਚਾਹੁੰਦੇ ਹਨ ਅਤੇ ਸਾਨੂੰ ਬੜੀ ਖੁਸ਼ੀ ਹੋ ਸੀ ਕਿ ਅਗਰ ਤੁਸੀਂ